ਸਾਡੀ ਪ੍ਰੈਫਰੈਂਸ ਹੁੰਦੀ ਹੈ ਵੀ ਅਸੀਂ ਨੰਬਰ ਲਾ ਕੇ ਅਗਲੇ ਨੂੰ ਦਈਏ, ਅਗਲਾ ਆਰਟੀਓ ਆਫਿਸ ਦੇ ਵਿੱਚ ਜਾ ਕੇ, ਕਿਉਂਕਿ ਅਗਲੇ ਨੂੰ ਜਿਹੜਾ ਕਸਟਮਰ ਹੈ ਉਹਨੂੰ ਨਹੀਂ ਪਤਾ ਹੁੰਦਾ ਵੀ ਕੀ ਹੈ ਕੀ ਨਹੀਂ, ਉਹ ਉਨਾ ਹੀ ਖੱਜਲ ਹੋ ਜਾਂਦਾ ਗਾ ਜਾ ਕੇ। ਡੀਲ ਹੀ ਨੰਬਰ ਲਾ ਕੇ ਕਰਦੇ ਹਾਂ। ਲਓ ਜੀ ਸੁਭਾਅ ਦਾ ਦੇਖੋ ਵੀ ਵੀਰਾ ਕਹਿੰਦਾ ਵੀਰੇ ਯਾਰ ਅਸੀਂ ਨੰਬਰ ਲਾ ਕੇ ਦੇਵਾਂਗੇ, ਤੁਹਾਨੂੰ ਨਹੀਂ ਅਸੀਂ ਕਿਸੇ ਪਾਸੇ ਧੱਕੇ ਖਾਣ ਦੇਣ, ਠੀਕ ਹੈ ਜੀ, ਅਸੀਂ ਖੁਦ ਹੀ ਖਾ ਲਾਂਗੇ। ਹਾਂਜੀ ਵੀਰੇ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ, ਉਮੀਦ ਆ ਸਾਰੇ ਠੀਕ ਠਾਕ ਹੋਵੋਗੇ। ਅੱਜ ਦਾ ਜਿਹੜਾ ਸੈਕਿੰਡ ਬਲੌਗ ਆ ਇਹ ਬੜਾ ਘੈਂਟ ਹੋਣਾ, ਠੀਕ ਹੈ ਜੀ। ਆਪਾਂ ਪਹੁੰਚਿਆ ਫਿਰ ਅਗੇਨ ਦਿੱਲੀ ਕਾਰ ਬਾਜ਼ਾਰ, ਠੀਕ ਹੈ, ਧੂਰੀ ਸ਼ਹਿਰ ਵਿਖੇ, ਦਿੱਲੀ ਨਾ ਸਮਝ ਲਿਓ, ਧੂਰੀ ਸ਼ਹਿਰ ਜ਼ਿਲ੍ਹਾ ਸੰਗਰੂਰ। ਆਪਾਂ ਤੁਹਾਡੇ ਨਾਲ ਅੱਜ ਗੱਲਬਾਤ ਕਰ ਰਹੇ ਹਾਂਗੇ, ਠੀਕ ਹੈ ਜੀ। ਅਤੇ ਵੀਰੇ ਨਾਲ ਗੱਲ ਕਰਾਂ ਜਿਹੜਾ ਜਿੱਦਾਂ ਲਗਜ਼ਰੀ ਸੈਗਮੈਂਟ ਆ, ਲਗਜ਼ਰੀ ਸੈਗਮੈਂਟ ਵੀ ਦਿਖਾਵਾਂਗੇ। ਇੱਕ ਤੁਹਾਨੂੰ ਅੱਜ ਪਹਿਲੀ ਵਾਰ ਇਹੀ ਚੀਜ਼ ਦਿਖਾਵਾਂਗੇ, ਠੀਕ ਹੈ ਜੀ। ਚੀਜ਼ ਘੈਂਟ ਹੋਊਗੀ ਪਰ ਮੈਨੂੰ ਬਾਬਾ ਜੀ ਬੰਦੇ ਡਿਮਾਂਡ ਆਈ ਹੈ ਵੀ ਤੁਹਾਨੂੰ ਉਹ ਚੀਜ਼ ਦਿਖਾਇਆ, ਮੈਂ ਉਹ ਸਰਪ੍ਰਾਈਜ਼ ਉਹ ਤੁਹਾਨੂੰ ਐਂਡ 'ਤੇ ਦਿਖਾਵਾਂਗੇ। ਅਤੇ ਆਪਾਂ ਵੀਰੇ ਨਾਲ ਗੱਲ ਕਰ ਦਿਆਂਗੇ ਕਿਹੜੀਆਂ ਕਾਰਾਂ ਰਹਿਣਗੀਆਂ। ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਜੀ। ਅਤੇ ਸਵਾਗਤ ਆ ਤੁਹਾਡਾ ਸੈਕਿੰਡ ਪਾਰਟ 'ਚ ਮਾਈ ਰਾਈਡ ਧੂਰੀ ਯੂਟਿਊਬ ਚੈਨਲ 'ਤੇ ਜੀ। ਥੈਂਕ ਯੂ, ਥੈਂਕ ਯੂ। ਅੱਜ ਦਾ ਜਿਹੜਾ ਸੈਗਮੈਂਟ ਆ ਵੀਰੇ ਕਿਹੜਾ ਸੈਗਮੈਂਟ ਹੋਊ, ਗੱਲਬਾਤ ਕਰੋ ਜੀ ਉਹਦੇ ਵਾਸਤੇ। ਇਹ ਸਾਰਾ ਲਗਜ਼ਰੀ ਸੈਗਮੈਂਟ ਹੀ ਆ ਅੱਜ ਦਾ, ਜਿਹੜੀ ਔਨ ਡਿਮਾਂਡ ਕਾਰਾਂ ਜਿਹੜੀਆਂ ਨੇ, ਲਗਜ਼ਰੀ ਕਾਰਾਂ ਨੇ ਸਾਰੀਆਂ ਅੱਜ ਦੇ ਸੈਗਮੈਂਟ ਵਿੱਚ। ਪਹਿਲਾਂ ਸ਼ੁਰੂ ਕਰਦੇ ਹਾਂ ਆਪਾਂ ਕਰੂਜ਼ ਤੋਂ, ਠੀਕ ਹੈ ਜੀ। ਗੁਰਪ੍ਰੀਤ ਨੂੰ ਕੂੰਗਾ ਦਿਖਾਊਗਾ ਕਰੂਜ਼, ਇਹ ਬੜੇ ਲੋਕਾਂ ਦੇ ਦਿਲਾਂ 'ਚ ਧੜਕਣਾ, ਛੇਤੀ ਕਾਰ ਮਿਲਦੀ ਨਹੀਂ ਹੈਗੀ ਇਹਦੇ ਨਾਲ ਦੀ ਵੀਰੇ। ਨਹੀਂ ਮਿਲਦੀ ਨਹੀਂ ਜੀ, ਇਹ ਸਾਰੀ ਓਰੀਜਨਲ ਪੇਂਟ ਦੀ ਕਾਰ ਆ, ਫਸਟ ਓਨਰ ਗੱਡੀ ਹੈ। ਫਸਟ ਓਨ ਬੰਪਰ ਵੀ ਓਰੀਜਨਲ ਨਹੀਂ? ਬੰਪਰ ਵੀ ਓਰੀਜਨਲ ਨੇ ਇਹਦੇ। ਮਾੜਾ ਮੋਟਾ ਤਾਂ ਟੱਚਿੰਗ ਹੋਊ ਯਾਰ, ਮੋਟਾ 19 ਕੀ ਹੋਊਗਾ, ਪਰ ਇਦਾਂ ਨਹੀਂ ਹੈਗਾ ਵੀ ਸਾਰੇ ਬੰਪਰ ਪੇਂਟ ਆ। ਹਾਂ ਲਓ ਜੀ, ਬੰਪਰ ਨੋਰਮਲ, ਮਾੜਾ ਮੋਟਾ ਟੱਚਿੰਗ ਆ, ਬਾਕੀ ਆਲਮੋਸਟ ਸਾਰੀ ਓਰੀਜਨਲ ਆ ਕਾਰ, ਠੀਕ ਹੈ ਜੀ। ਅਤੇ ਇੱਕ ਮਾਡਲ ਕਿਹੜਾ ਵੀਰੇ? ਇਹ 2010 ਮਾਡਲ ਹੈ, ਇਹ ਟੌਪ ਐਂਡ ਆਟੋ ਮਾਡਲ ਆ, ਸਨਰੂਫ ਵਾਲਾ। ਅਤੇ ਆਪਾਂ ਇੰਜਨ ਸੀਸੀ ਦੀ ਗੱਲ ਕਰੀਏ ਵੀਰੇ, ਇੰਜਨ ਕਿੰਨਾ ਸੀਸੀ ਹੁੰਦਾ ਜੀ? ਇਹਦਾ 2000 ਸੀਸੀ ਇੰਜਨ ਹੁੰਦਾ ਜੀ। ਅਤੇ ਆਪਾਂ ਆਲਰੇਡੀ ਪਹਿਲਾਂ ਬੋਨਟ ਖੋਲ੍ਹ ਕੇ ਰੱਖਿਆ ਹੋਇਆ, ਅਤੇ ਆਪਾਂ ਇਹਦੀ ਗੱਲਬਾਤ ਕਰ ਦਿਆਂਗੇ, ਅਤੇ ਇੰਜਨ ਦਿਖਾਉਣਾਗੇ ਆਪਣੇ ਮਿੱਤਰਾਂ ਨੂੰ। ਲਓ ਜੀ, ਚੱਕਣਾ ਬਹੁਤ ਔਖਾ, ਭਾਰੀ ਬਹੁਤ ਹੈ। ਅਤੇ ਕਰੂਜ਼ ਇੱਕ ਇਹਦਾ ਜਿਹੜੀ ਬੋਡੀ ਲਾਈਨ ਦੀ ਨਾ, ਇੰਨੀ ਕੁ ਕਾਮਯਾਬ ਕਾਰ ਹੈਗੀ, ਛੇਤੀ ਤਾਂ ਇਹ ਡੈਂਟ ਨਹੀਂ ਪੈਂਦਾ ਜੀ। ਛੇਤੀ ਡੈਂਟ ਨਹੀਂ ਪੈਂਦਾ, ਹੁੰਦਾ ਹੀ ਨਹੀਂ ਕੁਛ ਇਹਨੂੰ। ਇਹ ਵੀ ਸਿੰਗਲ ਹੈਂਡ ਹੈਂਡਲ ਚੱਲੀ ਹੋਈ ਕਾਰ ਆ, ਬੈਟਰੀ ਬ੍ਰੈਂਡ ਨਿਊ ਬੈਟਰੀ ਆ ਵਿੱਚ ਇਹਦੇ। ਬ੍ਰੈਂਡ ਨਿਊ ਬੈਟਰੀ, ਹਾਂਜੀ। ਅਤੇ ਚੱਲੀ ਕਿੰਨੀ ਕੁ ਹੋਈ ਹੈ ਇਹ? ਇਹ ਸਾਰੀ 70-75 ਹਜ਼ਾਰ ਚੱਲੀ ਹੋਈ ਹੈ ਕਾਰ। 70-75 ਹਜ਼ਾਰ ਚੱਲੀ ਹੋਈ ਹੈ ਨਾ ਤਾਂ ਇਹ ਕਾਰ ਡੋਲੀਆਂ 'ਤੇ ਚੱਲੀ ਹੈ, ਨਾ ਕੁਛ ਹੋਰ ਹੈ, ਜਿਹਨੇ ਰੱਖੀ ਹੈ ਸ਼ੌਂਕ ਨਾਲ ਰੱਖੀ ਹੈ ਕਾਰ। ਹੈ ਠੀਕ ਹੈ ਜੀ, ਮਤਲਬ ਘਰੀ ਚੱਲੀ ਹੋਈ ਹੈ? ਘਰੀ ਚੱਲੀ ਹੋਈ ਕਾਰ ਹੈ ਜੀ। ਲਓ ਜੀ, ਫਸਟ ਓਨਰ, ਸਾਰੀ ਓਰੀਜਨਲ, ਠੀਕ ਹੈ ਜੀ। 2000 ਸੀਸੀ ਇੰਜਨ ਦੇ ਨਾਲ ਬਿਲਕੁਲ ਡਰਾਈ ਇੰਜਨ ਪਿਆ, ਆਪਾਂ ਇੰਜਨ ਦੇਖ ਰਹੇ ਹਾਂ, ਠੀਕ ਹੈ ਜੀ। ਅਤੇ ਹੁਣ ਆਪਾਂ ਇਹਨੂੰ ਕਰ ਲਈਏ ਥੱਲੇ, ਉਸ ਤੋਂ ਬਾਅਦ ਆਪਾਂ ਗੱਲਬਾਤ ਕਰਾਂਗੇ ਸਾਰੀ ਅੰਦਰੋਂ ਕੀ ਕੰਡੀਸ਼ਨ ਹੈਗੀ। ਅੰਦਰੋਂ ਤਾਂ ਇੱਕ ਜਿਵੇਂ ਆਪਾਂ ਪਾਣੀ ਵਾਲੇ ਜਹਾਜ਼ 'ਚ ਬਹਿ ਗਏ, ਠੀਕ ਹੈ ਜੀ, ਪਾਣੀ ਵਾਲੇ ਜਹਾਜ਼ ਨੂੰ ਕਰੂਜ਼ ਕਹਿ ਦਿੰਦਾ ਨਾ ਮੇਰੇ ਖਿਆਲ ਵੀਰੇ। ਬਿਲਕੁਲ ਬਿਲਕੁਲ, ਉਹੀ ਕੁਛ ਅੰਦਰ ਇਹਦੇ, ਇਹ ਸਨਰੂਫ ਹੈਗਾ, ਆਟੋਮੈਟਿਕ ਕਲਾਈਮੇਟ ਕੰਟਰੋਲ, ਏਸੀ, A2Z ਸਾਰਾ ਕੁਛ ਦੇਖੋ ਤੁਸੀਂ, ਦੇਖ ਰਹੇ, ਠੀਕ ਹੈ ਜੀ। ਸਾਰੀ ਬ੍ਰੈਂਡ ਨਿਊ ਕਾਰ ਆ, ਇੱਕ ਇੱਕ ਫੰਕਸ਼ਨ ਚੱਲਦਾ ਇਹਦਾ, ਠੀਕ ਹੈ ਜੀ, ਇੱਕ ਇੱਕ ਫੰਕਸ਼ਨ, ਕੋਈ ਐਂ ਨਹੀਂ ਹੈਗਾ ਵੀ ਨੋਨ ਵਰਕਿੰਗ ਦੇ ਵਿੱਚ ਹੋਵੇ। ਏਅਰਬੈਗ ਕਿੰਨੇ ਨੇ ਵੀਰ ਇਹਦੇ ਵਿੱਚ? ਡਿਊਲ ਏਅਰਬੈਗ ਹੈ ਜੀ, 2 ਏਅਰਬੈਗ ਨੇ ਵੀ। ਅਤੇ ਬਾਕੀ ਸੀਟਾਂ ਦੇਖ ਰਹੇ, ਬਕਟ ਸੀਟ ਸੀਟਾਂ ਨੇ ਜਿਹੜੀਆਂ ਇਹਦੇ ਵਿੱਚ ਨੇ, ਠੀਕ ਹੈ ਜੀ। ਆਟੋਮੈਟਿਕ ਹੈਗੀ, ਮਿਊਜ਼ਿਕ ਸਿਸਟਮ ਕੰਪਨੀ ਦਾ ਸਾਰਾ ਕੁਛ, ਤੁਸੀਂ ਕਲੀਨਿੰਗ ਦੇਖੋ ਕਿਸ ਤਰੀਕੇ ਨਾਲ ਹੋਈ ਹੈ ਯਾਰ, ਵੀ ਇੱਕ ਅੰਦਰ ਬਹਿਣ ਨਾਲ ਫੀਲ ਹੀ ਇਸ ਤਰ੍ਹਾਂ ਦਾ ਆਉਂਦਾ, ਜਾਂ ਤਾਂ ਜਿਵੇਂ ਕਹਿੰਦੀ ਪਾਣੀ ਵਾਲੇ ਜਹਾਜ਼ 'ਚ ਬੈਠਿਆ ਜਾਂ ਸਿਨੇਮੇ 'ਚ ਬੈਠਿਆ, ਕਿਤੇ ਮਰਜ਼ੀ ਦਾ ਫੀਲ ਮੰਨ ਲਓ, ਉਹਦੇ ਵਿੱਚ ਬੈਠਿਆ ਉਹੀ ਫੀਲ ਹੈ ਇਹਦੇ ਵਿੱਚ ਹੀ। ਹਾਂਜੀ ਹਾਂਜੀ ਬਿਲਕੁਲ। ਅਤੇ ਇੱਕ ਇਹ 'ਚ ਕਰੂਜ਼ ਕੰਟਰੋਲ ਵੀ ਹੁੰਦਾ ਨਾ ਵੀਰੇ? ਕਰੂਜ਼ ਕੰਟਰੋਲ ਵੀ ਹੁੰਦਾ, ਫਸਟ ਕਾਰ ਸੀ ਇਹ ਕਰੂਜ਼ ਕੰਟਰੋਲ ਵਾਲੀ। ਹਾਂਜੀ, ਅਤੇ ਕਰੂਜ਼ ਕੰਟਰੋਲ ਹੈਗਾ ਜੀ, ਅਤੇ ਇਹਦਾ ਜਿਵੇਂ ਸਨਰੂਫ ਹੈਗਾ, ਅਤੇ ਇਹਦੇ ਮੀਟਰ ਆਪਾਂ ਦਿਖਾ ਰਹੇ ਹਾਂ, ਤੁਸੀਂ ਮੀਟਰ ਦੇਖੋ, ਅਤੇ ਜਿਹੜੇ ਆਪਾਂ ਮੀਟਰ ਨੇ ਕਿੰਨੇ ਸੋਹਣੇ ਮੀਟਰ ਲੱਗੇ ਹੋਏ ਨੇ ਇਹਦੇ ਵਿੱਚ, ਠੀਕ ਹੈ ਜੀ। ਬਾਕੀ ਅੰਦਰੋਂ ਦੇਖੋ ਜਿਹੜੀ ਇਹਦੀ ਗਰਾਊਂਡ ਕਲੀਅਰੈਂਸ ਹੈਗੀ, ਗਰਾਊਂਡ ਕਲੀਅਰੈਂਸ ਵੀ ਬੜੀ ਇਹਦੀ ਘੈਂਟ ਹੁੰਦੀ ਹੈਗੀ, ਅਤੇ ਲੰਬੀ ਕਾਰ ਬਹੁਤ ਹੈਗੀ ਇਹ ਦੇਖੋ। ਇਹਦੇ 'ਚ ਸਟਾਈਲਿਸ਼ ਅਲੋਏ ਵੀਲਸ ਸਾਰੇ ਉਹ ਦਿੱਤੇ ਹੋਏ ਨੇਗੇ, ਵਧੀਆ ਅਲੋਏ ਵੀਲਸ ਪਏ ਹੋਏ ਨੇ। ਅਤੇ ਆਪਾਂ ਹੁਣ ਟਾਇਰਾਂ ਦੀ ਗੱਲ ਕਰਦੇ ਵੀਰੇ, ਟਾਇਰ ਵੀ ਇਹਦੇ ਵਧੀਆ ਪਏ ਨੇ, ਕਿੰਨਾ ਕੁ ਹੁੰਦਾ ਜੀ ਇਹਦਾ ਟਾਇਰਾਂ ਦਾ? ਹੈਗਾ ਜੀ ਇਹ 60-65 ਪੈਸੇ ਹੈਗੇ ਨੇ ਟਾਇਰ। 60% ਟਾਇਰ ਨੇ, ਡੀ ਫੋਗਰ ਬੈਕ ਸਾਈਡ 'ਤੇ, ਆਪਾਂ ਗੁਰਪ੍ਰੀਤ ਨੂੰ ਕੂਗਾ ਦਿਖਾਊਗਾ, ਠੀਕ ਹੈ ਜੀ। ਟਾਇਰਸ ਵੀ ਮਿਚਲਨ ਦੇ ਨੇ? ਮਿਚਲਨ ਦੇ ਟਾਇਰ ਹੈ ਜੀ। ਹਾਂਜੀ ਹਾਂਜੀ। ਅਤੇ ਦੇਖੋ ਆਪਣਾ ਸਾਰਾ ਕੁਛ A2Z ਕਾਰ ਦੇ ਵਿੱਚ ਹੈਗਾ ਵੀਰੇ, ਅੱਗੇ ਆ ਜਾਓ ਆਪਾਂ ਹੁਣ ਇਹਦੇ ਰੇਟ ਦੀ ਗੱਲ ਕਰਾਂਗੇ, ਠੀਕ ਹੈ ਜੀ। ਕਿਉਂਕਿ ਆਪਾਂ ਡਿਊਰੇਸ਼ਨ ਜ਼ਿਆਦਾ ਹੋ ਜਾਂਦਾ ਤਾਂ ਕਰਕੇ ਥੋੜ੍ਹੀ ਛੋਟੀ ਰੱਖਦੇ ਹਾਂ, ਅਗਰ ਆਪਾਂ ਇਹਦੇ ਪਰ ਗੱਲਬਾਤ ਕਰਨ ਲੱਗ ਜਾਈਏ ਮੈਨੂੰ ਲੱਗਦਾ ਇਹਦੇ ਰਾਤ ਲੰਘ ਜਾਂਦੀ ਹੈਗੀ। ਹਾਂਜੀ ਹਾਂਜੀ ਬਿਲਕੁਲ। ਬਹੁਤ ਬਹੁਤ ਫੰਕਸ਼ਨ ਨੇ ਕਾਰ ਦੇ ਵਿੱਚ, ਅਗਰ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਦਿਓ ਪੂਰੀ ਡਿਟੇਲ ਚਾਹੀਦੀ, ਆਪਾਂ ਜੀ ਇੱਕ ਸਪੈਸ਼ਲ ਵੀਡੀਓ ਬਣਾ ਦਾਂਗੇ, ਗੁਰਪ੍ਰੀਤ ਨੂੰ ਕੂੰਗਾ ਦਿਖਾਊਗਾ ਇੱਧਰ ਨੂੰ, ਠੀਕ ਹੈ ਜੀ। ਰੇਟ ਕੀ ਹੈ ਵੀਰੇ? ਰੇਟ ਇਹਦਾ 3 ਲੱਖ ਰੁਪਏ ਵੀਰੇ। 3 ਲੱਖ? ਕਿੰਨਾ ਮਾਡਲ ਸੀ? 2010 ਮਾਡਲ, 3 ਲੱਖ ਰੁਪਇਆ, ਪੰਜਾਬ ਨੰਬਰ ਆ, ਫਸਟ ਓਨਰ ਹੈ, ਠੀਕ ਹੈ ਜੀ। ਅਤੇ ਉਹੀ ਔਫਰ ਐਤਕੀ ਫੇਰ ਹੈਗੀ, 5000 ਦਾ ਤੇਲ ਤੁਹਾਨੂੰ ਇਹਦੇ ਵਿੱਚ ਮਿਲੂ।
ठीक है वीरे, 3 लाख रुपए की कार आ गई 50 नंबर के नाल, आओ तो कार लै जाओ, बड़ी घेंट सोहनी कार आ गई। इस तो बाद अपनी आ गई इनोवा जी, इनोवा आ गई जी। लो इनोवा भी एक लग्जरी सैगमेंट के आँदी हैगी, फैमिली कार आ गई, बड़ी घेंट सोहनी कार आ गई। की मॉडल है वीरे? ये 2013 मॉडल है जी। 2013 किन्नवे ओनर है? ये थर्ड ओनर। थर्ड ओनर जी। तो बाकी बॉडी लाइन की गल करिए, पेंट बॉडी लाइन सारी जेन्युइन कार है, बंपर शंपर छड के बाकी सारी बॉडी लाइन जेडे लोहे वाले पीस ओरिजिनल है सारे। ओके जी, मतलब ओनली बंपर पेंट ने वीरा कहना, ठीक है। बाकी क्रोमिंग का काम देख रहे आप होया होगा। तो मॉडल केड़ा वीरे? 2000 G4 जी। G4 2013 G4। टायरों की गल कर रहे, टायर वीरे? टायर वीरे है 70-75%। लो जी 75% टायरों के नाल, ठीक है जी। हूँ आप गुरप्रीत को कहूँगा अंदरों दिखाऊगा, क्योंकि जी मेन चीज़ होंगी अंदरों हों, जो फील आता सारा। लो जी अंदरों आप गल करते हैं, अंदरों भी बड़ी सोहनी पई है वीरे। सीट कवर नवे पाए ने जी ने? नहीं, एज इट इज़ है, सीट कवर आया, सोनी का सिस्टम टच वाला लगे हुआ। एयरबैग है वीरे? ड्यूल एयरबैग। दो एयरबैग ने जी, कैप्टन सीट्स नाल है गड्डी है। ओके, पायलट सीट ने लगे हुई हैं, ठीक है जी। देखो बाइक का पायलट सीट लगिया हुई ने, तो टैन कलर ही बोलते हैं जी। हाँ जी, हाँ जी। ਤੇ ਟੈਨ ਕਲਰ ਇੰਟੀਰੀਅਰ ਹੈਗਾ, ਬਾਕੀ ਡੀਜ਼ਲ ਵੇਰੀਐਂਟ ਦੀ ਕਾਰ ਆ ਗਈ ਆਪਣੇ ਲਈ ਬਾਈ ਕਹਿੰਦਾ। ਤੇ ਚੱਲੀ ਕਿੰਨੀ ਹੋਈ ਹੈ ਵੀਰੇ ਇਹ ਕਾਰ? 1,10,000 ਕਿਲੋਮੀਟਰ। 1,10,000 ਕਾਰ ਚੱਲੀ ਹੋਈ ਹੈ ਕਾਰ। ਤੇ ਇਹ ਕਾਰ ਤਾਂ ਨਾ ਮੈਂ ਇੱਕ ਵਾਰ ਮੈਂ ਦਿਖਾਈ ਸੀ ਵੀਰੇ ਤੁਹਾਨੂੰ, ਐਵੇਂ ਕਿ ਮਤਲਬ 2.5 ਲੱਖ ਕਾਰ ਚੱਲੀ ਹੋਈ ਸੀ ਆਪਣੀ ਵੀਡੀਓ 'ਚ ਦਿਖਾਈ ਸੀ। ਇਹ 6 ਲੱਖ 7 ਲੱਖ 8 ਲੱਖ ਤੱਕ ਵੀ ਕਾਰ ਨੂੰ ਕੁਛ ਨਹੀਂ ਹੁੰਦਾ। ਦੇਖੋ ਜੀ 8 ਲੱਖ ਤੱਕ ਕਾਰ ਨੂੰ ਕੁਛ ਨਹੀਂ ਹੁੰਦਾ ਹੈਗਾ। ਅਤੇ ਬੈਕ ਸਾਈਡ ਤੋਂ ਵੀ ਦਿਖਾ ਦਈਏ ਆਪਾਂ ਨੂੰ ਪਾਇਲਟ ਸੀਟਾਂ ਨੇ ਬਾਈ ਨੇ ਗੱਲਬਾਤ ਕਰੀ ਆ, ਸੇਮ ਉਹੀ ਕੁਛ ਆ, ਠੀਕ ਹੈ ਜੀ। ਆਰਮ ਰੈਸਟ ਇਹਦੇ ਵਿੱਚ ਲੱਗੇ ਹੋਏ ਨੇ, ਅਤੇ ਬਾਕੀ ਬੈਕ ਸਾਈਡ 'ਤੇ 3 ਜਣੇ ਬਹਿ ਸਕਦੇ ਨੇ। 7 ਸੀਟਰ ਪ੍ਰੋਪਰ ਕਾਰ ਇਹ ਹੈਗੀ ਹੈਗੀ। ਅਤੇ ਬਾਕੀ ਇੰਟੀਰੀਅਰ ਦੀ ਗੱਲ ਕਰੀ, ਬਿਲਕੁਲ ਨੀਟ ਐਂਡ ਕਲੀਨ ਕਾਰ ਹੈਗੀ ਇਹ, ਠੀਕ ਹੈ ਜੀ। ਵੀਰੇ ਇਹ ਜਿਹੜੀ ਕਾਰ ਹੈਗੀ, ਕਿੰਨਵੇਂ ਓਨਰ ਸੀਗੇ? ਥਰਡ ਓਨਰ ਦੱਸਿਆ ਤੁਹਾਨੂੰ? ਹਾਂਜੀ, ਥਰਡ ਓਨਰ ਕਾਰ ਹੈਗੀ। ਬੈਕ ਸਾਈਡ ਤੋਂ ਗੁਰਪ੍ਰੀਤ ਨੂੰ ਕਹੂੰਗਾ ਦਿਖਾਊਗਾ, ਬੈਕ ਸਾਈਡ ਤੋਂ ਵੀ ਵਧੀਆ ਕਰੂਮਿੰਗ ਦੀ ਪੱਟੀ ਦੇਖੋ ਲੱਗੀ ਹੋਈ ਹੈਗੀ। ਪਿੱਛੇ ਵਾਈਪਰ ਹੈਗਾ, ਡੀ ਫੋਗਰ ਲੱਗੇ ਹੋਏ ਨੇ ਬੈਕ ਸਾਈਡ 'ਤੇ। ਅਤੇ ਬੈਕ ਕੈਮਰਾ ਵਰਕਿੰਗ 'ਚ ਵੀਰੇ? ਵਰਕਿੰਗ ਜੀ, ਵਰਕਿੰਗ। ਸੈਂਸਰ ਵਗੈਰਾ ਵਰਕਿੰਗ। ਕੋਈ ਇਹੋ ਜਿਹਾ ਫੰਕਸ਼ਨ ਜਿਹੜਾ ਕੰਮ ਨਾ ਕਰਦਾ? ਨਹੀਂ ਨਹੀਂ, ਸਾਰੇ ਫੰਕਸ਼ਨ ਵਰਕ ਚੱਲ ਰਹੇ ਨੇ ਵਰਕਿੰਗ ਦੇ ਵਿੱਚ ਨੇ। ਅਤੇ ਵੀਰੇ ਦੇਖੋ ਹੁਣ ਇਹਦੇ ਰੇਟ ਦੀ ਗੱਲ ਕਰੀ, ਦੇਖੋ ਇਨੋਵਾ ਦੀ ਬਹੁਤ ਬਹੁਤ ਜ਼ਿਆਦਾ ਡਿਮਾਂਡ ਆਉਂਦੀ ਹੈ ਸਾਡੇ ਸਾਨੂੰ, ਕਿਉਂਕਿ ਕਮੈਂਟ ਅਸੀਂ ਪੜ੍ਹਦੇ ਰਹਿੰਦੇ ਹਾਂਗੇ। ਹਾਂਜੀ, ਅਤੇ ਆਪਣੇ ਮਿੱਤਰ ਕਹਿੰਦੇ ਨੇ ਵੀ ਸਾਨੂੰ ਇਨੋਵਾ ਦਿਉ, ਕਰੂਜ਼ ਦੀ ਗੱਲ ਕਰੀ, ਕਰੂਜ਼ ਵੀ ਮੰਗਦੇ ਨੇ। ਹੁਣ ਇਨੋਵਾ ਦਾ ਕੀ ਰੇਟ ਹੈ ਜੀ? ਇਹ 5.5 ਲੱਖ ਰੁਪਏ ਦੀ, 2013 ਮਾਡਲ, 50 ਨੰਬਰ ਹੈ, ਠੀਕ ਹੈ ਜੀ। 5.5 ਲੱਖ ਰੁਪਏ ਦੀ, ਅਤੇ ਨੈਗੋਸ਼ੀਏਟ ਟਾਈਮ 'ਤੇ ਕੁਛ ਕਰ ਲਿਓ, ਅਤੇ ਤੇਲ ਇਹਦੇ ਵਿੱਚ ਵੀ ਤੁਹਾਨੂੰ 5,000 ਦਾ ਪਾ ਕੇ ਮਿਲੂਗਾ। ਅਤੇ ਉਸ ਤੋਂ ਬਾਅਦ ਅਗਲੀ ਕਿਹੜੀ ਕਾਰ ਹੈ ਵੀਰੇ? ਅਗਲੀ ਵੀਰੇ ਆਪਣੀ ਆ ਗਈ ਫੋਰਚੂਨਰ। ਲਓ ਜੀ ਫੋਰਚੂਨਰ ਆਪਾਂ ਤੁਹਾਨੂੰ ਦਿਖਾਉਂਦੇ ਹਾਂਗੇ, ਠੀਕ ਹੈ ਜੀ। 50 ਨੰਬਰ ਹੈਗੀ, ਮੈਂ ਪਿੱਛੋਂ ਪਛਾਣ ਲਈ ਗੱਡੀ ਇਹ, PV69 ਨੰਬਰ ਹੈਗਾ। ਹਾਂਜੀ, ਅਤੇ ਕੀ ਕੰਡੀਸ਼ਨ ਹੈ ਬੋਡੀ ਲਾਈਨ ਦੀ? ਬੋਡੀ ਲਾਈਨ ਨੇ ਸਾਰੀ ਓਰੀਜਨਲ ਕਾਰ ਹੈ, ਬੰਪਰਸ ਨੂੰ ਛੱਡ ਕੇ। ਹਾਂਜੀ, ਬੰਪਰ ਪੇਂਟ ਨੇ, ਬਾਕੀ ਕਰੋਮਿੰਗ ਦੀ ਸਾਰੀ ਠੀਕ ਹੈ ਜੀ। ਦੇਖੋ ਲਾਈਟਾਂ ਵਗੈਰਾ ਦੇ ਫੁੱਲ ਲੱਗੀ ਹੋਈ ਹੈਗੀ। ਟਾਇਰ ਨਵੇਂ ਹੀ ਪਵਾਏ ਨੇ ਮੈਨੂੰ ਲੱਗਦਾ ਜੀ? ਨਵੇਂ ਨੇ, ਬ੍ਰੈਂਡ ਨਿਊ ਟਾਇਰ ਨੇ ਗੁਡੀਅਰ ਦੇ ਟਾਇਰ ਨੇ, ਠੀਕ ਹੈ ਜੀ। ਅਤੇ ਬਾਕੀ ਇਹਨੂੰ ਤਾਂ ਕਹਿਣ ਦੀ ਲੋੜ ਨਹੀਂ ਹੈਗੀ, ਜਿਹਨੂੰ ਲੋੜ ਹੁੰਦੀ ਹੈਗੀ ਉਹ ਆਉਂਦਾ ਕੇ ਲੈ ਜਾਂਦਾ ਕਾਰ ਨੂੰ। ਅਤੇ ਚੱਲੀ ਕਿੰਨੀ ਹੋਈ ਹੈ ਵੀਰੇ ਇਹ? 80-85 ਹਜ਼ਾਰ ਹੀ ਹੈ, ਲੱਖ ਤੋਂ ਨੀਚੇ ਨੀਚੇ ਹੀ ਹੈ। 80-85 ਹਜ਼ਾਰ ਕਾਰ ਚੱਲੀ ਹੋਈ ਹੈਗੀ। ਜਿਵੇਂ ਵੀਰਾ ਕਹਿੰਦਾ ਸੀ ਨਾ, ਜਿਵੇਂ ਉਹਨੂੰ 7-8 ਲੱਖ ਲੱਖ ਤੱਕ ਕੁਛ ਨਹੀਂ ਹੁੰਦਾ, ਕੋਈ ਦਿਖਾਉਣ ਦੀ ਲੋੜ ਨਹੀਂ ਹੁੰਦੀ। ਇਹ ਕਾਰ ਨੂੰ ਮੇਰੇ ਖਿਆਲ 10 ਲੱਖ ਤੱਕ ਨਹੀਂ ਕੋਈ ਲੋੜ, 10 ਲੱਖ ਤੱਕ ਨਹੀਂ ਕੁਛ ਹੁੰਦਾ, ਕਿਉਂਕਿ ਇਹਦਾ ਇੰਜਨ ਥੋੜ੍ਹਾ ਵੱਡਾ ਹੁੰਦਾ ਉਹਦੇ ਨਾਲੋਂ। ਬਾਕੀ ਲਾਈਟਾਂ ਪ੍ਰੋਜੈਕਟਰ ਲਾਈਟਾਂ ਨੇ ਵੀਰੇ? ਪ੍ਰੋਜੈਕਟ ਲਾਈਟਸ ਨੇ, ਸਨਰੂਫ ਵੀ ਹੈ ਇਹਦੇ ਵਿੱਚ। ਸਨਰੂਫ ਵੀ ਹੈ, ਇਹ ਕੰਪਨੀਆਂ ਦਾ ਹੀ ਹੈ? ਇੰਸਟਾਲਡ ਆ, ਇੰਸਟਾਲ ਆਫਟਰ ਮਾਰਕੀਟ ਇਹਦੇ ਵਿੱਚ ਸਨਰੂਫ ਆ ਗਏ, ਦੇਖੋ ਜੀ। ਅਤੇ ਬਾਕੀ ਇੰਟੀਰੀਅਰ ਦੀ ਗੱਲ ਕਰੀਏ, ਇੰਟੀਰੀਅਰ 'ਚ ਏਅਰਬੈਗ ਵਗੈਰਾ ਕਿੰਨੇ ਨੇ? ਡਿਊਲ ਏਅਰਬੈਗ ਹੈ ਜੀ, ਠੀਕ ਹੈ ਜੀ। ਬਾਕੀ ਮੈਟਿੰਗ ਦੇਖੋ ਤੁਸੀਂ, ਕਵਰਸ ਵੀ ਸਾਰੇ ਬ੍ਰੈਂਡ ਨਿਊ ਨੇਗੇ, ਸੀਟ ਕਵਰਸ ਬ੍ਰੈਂਡ ਨਿਊ, ਸੀਟ ਕਵਰ ਨੇ, ਬਕਟ ਸੀਟ ਕਵਰ ਨੇ, ਦੇਖੋ ਸੀਟ ਕਵਰ ਫੁੱਲ ਪੂਰੇ ਘੈਂਟ ਨੇ, ਅੰਦਰ ਬੈਠ ਕੇ ਫੀਲ ਪੂਰਾ ਨਜ਼ਾਰੇਦਾਰ ਆਉਣ ਵਾਲਾ ਹੈਗਾ। ਅਤੇ ਸਨਰੂਫ ਦੇਖ ਰਹੇ ਆਪਾਂ, ਠੀਕ ਹੈ, ਇੱਕ ਵਾਰ ਇਹਨੂੰ ਬੈਕ ਸਾਈਡ 'ਤੇ ਕਰਕੇ ਦਿਖਾਉਣਾਗੇ। ਦੇਖੋ ਜੀ ਵੀ ਸਾਰਾ ਸ਼ੌਂਕ ਪੂਰਾ ਕਰਿਆ ਹੈ ਬਾਈ ਨੇ ਜਿਹਦੇ ਲਈ ਵੀ ਰੱਖੀ ਹੋਈ ਸੀ, ਪੂਰਾ ਸ਼ੌਂਕ ਨਾਲ ਰੱਖੀ ਹੋਈ ਸੀ। ਅਤੇ ਕਿੰਨਵੇਂ ਓਨਰ ਕਾਰ ਇਹ? ਸੈਕਿੰਡ ਓਨਰ ਕਾਰ ਆ ਜੀ। ਬੈਕ ਸਾਈਡ ਤੋਂ ਵੀ ਦਿਖਾਊਂਗਾ, ਗੁਰਪ੍ਰੀਤ ਵੀਰ ਨੂੰ ਕਹੂੰਗਾ ਦਿਖਾ ਦੂਗਾ ਇੱਕ ਵਾਰ ਆ ਕੇ, ਠੀਕ ਹੈ ਜੀ। ਸਨਰੂਫ ਦਿਖਾ ਰਿਹਾ ਬਾਈ ਇਸ ਟਾਈਮ ਆਪਣਾ। ਅਤੇ ਬੈਕ ਸਾਈਡ ਤੋਂ ਡੀ ਫੋਗਰ ਇਹਦੇ ਵਿੱਚ ਹੈਗੇ ਨੇ, ਸੈਂਸਰ ਲੱਗੇ ਹੋਏ ਨੇ, ਕੈਮਰਾ ਲੱਗਿਆ ਹੋਇਆ ਹੈਗਾ, ਅਤੇ ਬਾਕੀ ਵਾਈਪਰ ਲੱਗਾ, ਬਹੁਤ ਕੁਛ ਲੱਗਿਆ ਹੋਇਆ ਬੈਕ ਸਾਈਡ 'ਤੇ। ਇੱਕ ਮਾੜੀ ਮਾੜੀ ਗੱਲ ਲੱਗਣੇ ਉਹ ਲੱਗਦੀ ਹੈ, ਬਹੁਤ ਟਾਈਮ ਲੰਘ ਜਾਂਦਾ ਗੋਰੇ। ਅਤੇ ਬਾਕੀ ਜਿਹੜੀ ਆਹ ਲੱਗੀ ਹੋਈ ਆ ਕਰੋਮਿੰਗ ਵਗੈਰਾ, ਇਹ ਨਾਲ ਹੀ ਆਈ ਹੋਈ ਹੈ? ਨਾਲ ਹੀ ਸਭ ਕੁਛ ਨਾਲ ਹੀ ਆਇਆ। ਅਤੇ ਬਾਕੀ ਸਾਰਾ ਕੁਛ ਵਰਕਿੰਗ 'ਚ ਹੈ ਜੀ? ਸਭ ਕੁਛ ਵਰਕਿੰਗ 'ਚ ਹੈ। ਅਤੇ ਹੁਣ ਅੱਗੇ ਆ ਕੇ ਆਪਾਂ ਰੇਟ ਦੀ ਗੱਲ ਕਰ ਦਿਆਂਗੇ, ਠੀਕ ਹੈ ਜੀ। ਕੀ ਰੇਟ ਰਹੂਗਾ
ਤੇ ਕੋਈ ਕਮੀ ਪੇਸ਼ੀ ਕਾਰ ਚ ਵੀਰੇ? ਨਹੀਂ 1% ਦੀ ਵੀ ਕੋਈ ਕਮੀ ਪੇਸ਼ੀ ਨਹੀਂ ਹੈਗੀ। ਜੇ ਕੋਈ 19-21 ਕਮੀ ਪੇਸ਼ੀ ਹੁੰਦੀ ਅਸੀਂ ਪਹਿਲੇ ਹੀ ਕਢਾ ਦਿੰਦੇ ਹੁੰਦੇ ਕਾਰ। ਲਓ ਜੀ ਵੀਰਾ ਕਹਿੰਦਾ ਜੇ ਕੋਈ 19-21 ਕਮੀ ਪੇਸ਼ੀ ਹੈਗੀ ਆਗੀ ਤਾਂ ਅਸੀਂ ਤੁਹਾਨੂੰ ਦੱਸ ਦਿਓ, ਅਸੀਂ ਕਢਾ ਦਾਂਗੇ। ਤੇ ਰੇਟ ਕੀ ਹੈ ਵੀਰੇ? ਰੇਟ ਹੈ 9 ਲੱਖ ਰੁਪਏ ਦੀ। 9 ਲੱਖ ਆਪਣਾ 11 ਮਾਡਲ ਹੈ, 11 ਮਾਡਲ ਪੰਜਾਬ ਨੰਬਰ, ਠੀਕ ਹੈ ਜੀ। 9 ਲੱਖ ਰੁਪਏ ਦਾ ਰੇਟ ਹੈਗਾ, ਆਇਓ। ਇਹਦੇ 'ਚ ਤਾਂ 5000 ਦਾ ਤੇਲ ਪੈ ਜੂਗਾ। ਹਾਂ, ਇਹਦੇ 'ਚ ਪੈ ਜੂਗਾ, ਠੀਕ ਹੈ ਵੀਰੇ। ਔਫਰ ਪੱਕਾ ਗੀ। ਇਹ ਜਿਹੜੀ ਤੁਹਾਨੂੰ ਵੀਡੀਓ ਦਿਖਾ ਰਹੇ ਇਹਦੇ ਵਿੱਚ ਹੀ ਹੈਗੀ, ਇਹ ਨਹੀਂ ਹੈਗਾ ਵੀ ਅਗਲੀ ਵਾਰੀ ਆਊਗੀ। ਉਹ ਅਗਲੇ ਵਾਰ ਕੋਈ ਨੈਕਸਟ ਲੈਵਲ ਦੀ ਤੁਹਾਨੂੰ ਔਫਰ ਦੇਵਾਂਗੇ ਆਪਾਂ। ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਬੜਾ ਘੈਂਟ, ਇੱਕ ਇਹ ਵੀ ਪੰਜਾਬੀਆਂ ਦਾ ਜਹਾਜ਼ ਹੀ ਹੈਗਾ, ਉਹ ਵੀ ਹੈਗਾ। ਉਹ ਇੱਕ ਸ਼ੌਂਕ ਵੀ ਇੱਕ ਸਟੈਂਡਰਡ ਹੈ, ਇਹ ਇੱਕ ਆਪਾਂ ਕਹਿੰਦੇ ਨੋਰਮਲ ਸਟੈਂਡਰਡ, ਜਿਵੇਂ ਆਪਣੇ ਮੰਤਰੀ ਰੱਖਦੇ ਨੇ, ਠੀਕ ਹੈ ਜੀ। ਆਮ ਰੂਟੀਨ ਵਾਲੀ ਕਾਰ ਹੈਗੀ, ਇਹ ਕੋਈ ਕੋਈ ਰੱਖਦਾ, ਇਹ ਕੋਈ ਕੋਈ ਰੱਖਦਾ ਹੈਗਾ। ਅਤੇ ਇਹ ਕਾਰ ਕਿਹੜੀ ਹੈ, ਕਿੰਨਾ ਮਾਡਲ ਹੈ, ਸਾਰਾ ਕੁਝ ਡਿਟੇਲ ਦਿਓ ਜੀ। ਇਹ 2011 ਮਾਡਲ ਹੈ ਜੀ, ML 350। ਠੀਕ ਹੈ ਜੀ, ਹਾਂਜੀ। ਅਤੇ ਫਰੰਟ ਦੀ ਲਾਈਟਾਂ ਵਗੈਰਾ ਕਿਵੇਂ, ਕੀ ਹਿਸਾਬ ਕਿਤਾਬ? ਸਭ ਕੁਛ ਇਹਦਾ ਕੰਪਨੀ ਵੱਲੋਂ ਹੀ ਹੈ, ਇੰਨੇ ਕੁ ਸੈਂਸਰ ਨੇ ਕਿ ਜਿੰਨੇ ਕੁ ਆਪਾਂ ਸੋਚ ਵੀ ਨਹੀਂ ਸਕਦੇ ਇਹਦੇ ਵਿੱਚ। ਠੀਕ ਹੈ ਜੀ, ਹਾਂਜੀ। ਅਤੇ ਵੀਰੇ ਨਾਲ ਗੱਲ ਹੋ ਰਹੀ ਸੀ ਜਦੋਂ ਕਹਿੰਦਾ ਸੀਗਾ ਵੀ ਵੀਰੇ ਜਦੋਂ ਅਸੀਂ ਅੰਦਰੋਂ ਕੱਢਦੇ ਹਾਂ ਕਿ ਸਾਨੂੰ ਡਰ ਹੀ ਲੱਗਦਾ ਵੀ ਕਿਤੇ ਕੋਈ ਸੈਂਸਰ ਨਾ ਖਰਾਬ ਹੋ ਜਾਵੇ। ਹਾਂਜੀ। ਅਤੇ ਹੁਣ ਆਪਾਂ ਅੰਦਰੋਂ ਦਿਖਾਉਂਦੇ ਹਾਂ ਕਿ ਵੀਰੇ ਨੂੰ, ਠੀਕ ਹੈ ਜੀ। ਇਹ ਤਾਂ ਵੀ ਬਸ ਫੀਲ ਹੀ ਲੈਦਾ ਆਉਂਦਾ ਇਹਦਾ ਤਾਂ ਕਾਰ ਦਾ। ਫੀਚਰ A to Z ਘੈਂਟ ਹੋਣਗੇ ਤਾਂ, ਕੀ ਕੁਛ ਹੈ ਵੀਰੇ ਇੱਕ ਵਾਰ ਤੁਸੀਂ ਆਪਦੇ ਹਿਸਾਬ ਨਾਲ ਦੱਸ ਦਿਓ, ਕਿਉਂਕਿ ਮੈਨੂੰ ਹਲੇ ਪਤਾ ਨਹੀਂ ਕਾਰ ਪਹਿਲੀ ਵਾਰ ਦੇਖੀ ਆਪਾਂ। ਇਹ ਤਾਂ ਪਾਵਰ ਸਟੀਅਰਿੰਗ, ਪਾਵਰ ਵਿੰਡੋ ਤਾਂ ਚਲੋ ਸਾਰਾ 'ਚ ਆਉਂਦਾ, ਆਟੋਮੈਟਿਕ ਹੈੱਡਲਾਈਟਸ ਨੇਗੀਆਂ ਇਹਦੀਆਂ। ਜਿਵੇਂ ਜਿਵੇਂ ਇਹਦੇ 'ਚ ਰਾਤ ਹੋਈ ਜਾਊਗੀ ਉਵੇਂ ਉਵੇਂ ਇਹ ਹੈੱਡਲਾਈਟਸ ਤੇਜ਼ ਹੋਈ ਜਾਣਗੀਆਂ। ਬਾਕੀ ਜਿਹੜੀ ਸੀਟ ਐਡਜਸਟਮੈਂਟ ਹੈ ਉਹ ਸਾਰੀ ਆਟੋ ਹੈ, ਸਾਰੀ ਆਹ ਵਾਲੀ ਉੱਪਰ ਨੀਚੇ, ਠੀਕ ਹੈ ਜੀ। ਅੱਗੇ ਪਿੱਛੇ ਵੀ, ਜੇ ਆਪਾਂ ਇਕੱਲੀ ਇਹਦੀ ਬੈਕ ਸੀਟ ਦੀ ਗੱਲ ਕਰੀਏ ਉਹ ਵੀ ਅੱਗੇ ਪਿੱਛੇ ਇਕੱਲੀ ਵੀ ਹੋ ਜਾਂਦੀ ਹੈ, ਠੀਕ ਹੈ ਜੀ। ਹਾਂਜੀ, ਆਟੋਮੈਟਿਕ ਵੇਰੀਐਂਟ ਦੇ ਵਿੱਚ ਹੈ। ਸਭ ਤੋਂ ਵੱਡੀ ਗੱਲ ਇਹਦਾ ਗੇਅਰ ਨਹੀਂ ਹੈਗਾ, ਦੇਖੋ ਕਿੱਥੇ ਹੈ ਗੇਅਰ ਇਹਦਾ। ਅੱਛਾ ਜੀ, ਇਹਦਾ ਗੇਅਰ ਆਹ ਸੀਗਾ, ਲਓ ਜੀ। ਹੱਥਾਂ ਦੇ ਵਿੱਚ ਗੇਅਰ ਨੇ ਇਹਦੇ, ਹੱਥਾਂ ਦੇ ਵਿੱਚ ਗੇਅਰ ਨੇ ਇਹਦੇ, ਲਓ ਜੀ। ਲਓ ਜੀ, ਬਾਈ ਕਹਿੰਦਾ ਜੇ ਕੋਈ ਗਾਹਕ ਆਉਂਦਾ ਨਾ ਲੱਭਦਾ ਰਹਿੰਦਾ ਵੀ ਹੈ ਕਿੱਥੇ ਨੇ ਇਹਦੇ, ਠੀਕ ਹੈ। ਇਹਦਾ ਤੁਹਾਨੂੰ ਸਪੈਸ਼ਲ ਬਲੌਗ ਦੇਵਾਂਗੇ, ਇੱਕ ਝਾਕਾ ਤੁਹਾਨੂੰ ਦੇ ਰਹੇ ਹਾਂ ਕਾਰ ਦਾ, ਇੱਕ ਵਾਰੀ ਗੁਰਪ੍ਰੀਤ ਨੂੰ ਕਹੂੰਗਾ ਪਿਛਲੇ ਪੈਸੋਂ ਵੀ ਦਿਖਾਊਗਾ, ਠੀਕ ਹੈ। ਇਹਦੇ ਸਾਰੇ ਫੀਚਰ ਤੁਹਾਨੂੰ ਦਿਖਾਵਾਂਗੇ ਆਪਾਂ ਕੀ ਹਿਸਾਬ ਕਿਤਾਬ ਆ ਕਾਰ ਦਾ। ਅਤੇ ਇਹ ਕਿੰਨੇ ਵੀ ਓਨਰ ਆ ਵੀਰੇ? ਇਹ ਸੈਕਿੰਡ ਓਨਰ ਕਾਰ ਆ, ਸੈਕਿੰਡ ਓਨਰ ਕਾਰ ਆ। ਇਹ ਚੱਲੀ ਕਿੰਨੀ ਹੋਈ ਹੈ? ਇਹ 98,000 ਕਾਰ ਚੱਲੀ ਹੋਈ ਹੈਗੀ। ਅਤੇ ਓਰਿਜਨੈਲਿਟੀ ਦੀ ਗੱਲ ਕਰੀਏ ਮੇਰੇ ਹਿਸਾਬ ਨਾਲ ਤਾਂ ਬੰਪਰ ਟੂ ਬੰਪਰ ਓਰਿਜਨਲ ਹੋਣੀ ਚਾਹੀਦੀ, ਬੰਪਰ ਟੂ ਬੰਪਰ ਓਰਿਜਨਲ ਆ, ਕਿਉਂਕਿ ਇਹ ਕਾਰਾਂ ਹੁੰਦੀਆਂ ਨੇ ਬਹੁਤ ਬਹੁਤ ਸੰਭਲ ਕੇ ਚਲਾਉਂਦੇ ਨੇ ਲੋਕ, ਠੀਕ ਹੈ ਜੀ। ਇੱਕ ਕਿਉਂਕਿ ਜਦੋਂ ਹੱਥ ਲਵਾਉਂਦੀਆਂ ਨੇ ਉਦੋਂ ਚੰਗਾ ਲਵਾਉਂਦੀਆਂ ਨੇ, ਨਹੀਂ ਤਾਂ ਇਹ ਲਵਾਉਂਦੀਆਂ ਹੀ ਨਹੀਂ। ਪਹਿਲਾਂ ਇਹ ਸੀਗੀ ਆਪਣੀ ਰੇਂਜ ਦੇ ਵਿੱਚ ਬਾਹਰ ਹੁੰਦੀਆਂ ਸੀਗੀਆਂ, ਹੁਣ ਤਾਂ ਇਹਦੇ ਸਾਰਾ ਕੁਛ ਬਾਹਰੋਂ ਜੇ ਕਿਸੇ ਨੇ ਸਰਵਿਸ ਕਰਾਉਣੀ ਹੈ ਤਾਂ ਬਾਹਰੋਂ ਵੀ ਹੋ ਜਾਂਦਾ ਹੈਗਾ, ਯਾਨੀ ਕਿ ਹੁਣ ਇਹ ਰੇਂਜ ਦੇ ਵਿੱਚ ਆ ਗਈਆਂ ਕਾਰਾਂ। ਇਹਦੀ ਸਰਵਿਸਿੰਗ ਕੋਸਟ ਹੈ ਉਹ ਵੀ ਰੇਂਜ ਦੇ ਵਿੱਚ ਆ ਗਈ, ਜਿਵੇਂ ਜਿਹੜੀ ਏਜੰਸੀ 'ਚੋਂ ਸਰਵਿਸ 50,000 ਦੀ ਹੁੰਦੀ ਹੈ ਤਾਂ ਜੇ ਕਿਸੇ ਆਪਾਂ ਚੰਗੇ ਮਿਸਤਰੀ ਤੋਂ ਸਰਵਿਸ ਕਰਾ ਲਈਏ ਤਾਂ 20-25,000 'ਚ ਸਰਵਿਸ ਹੋ ਜਾਂਦੀ ਹੈ ਇਹਦੀ। ਲਓ ਜੀ, ਜਿਵੇਂ ਆਪਾਂ ਸਰਵਿਸਿੰਗ ਦੀ ਨੋਰਮਲੀ ਗੱਲ ਕਰੀਏ, ਠੀਕ ਹੈ ਜੀ, ਉਹ 20-25,000 ਦੇ ਵਿੱਚ ਸਰਵਿਸ ਹੋ ਜਾਂਦੀ ਹੈ ਇਹਦੀ ਅੰਦਾਜ਼ਾ। ਇੱਕ ਜਿਵੇਂ ਜੇ ਕਿਸੇ ਨੇ ਆਪਾਂ ਸਟੈਂਡਰਡ ਰੱਖਣਾ ਵੀ ਆਪਾਂ ਕਹਿ ਦਈਏ ਸਟੈਂਡਰਡ ਰੱਖਣਾ, ਠੀਕ ਹੈ ਜੀ, ਪੂਰੀ ਘਰ 'ਚ ਮਰਸਡੀ ਰੱਖਣੀ ਹੈਗੀ। ਦੇਖੋ ਆਹ ਮਾਡਲ ਹੈਗਾ, ਕਿਸੇ ਪਾਸੋਂ ਤੁਸੀਂ ਕਹਿ ਨਹੀਂ ਸਕਦੇ ਵੀ ਇਹ 10 ਮਾਡਲ ਨੇ, 11 ਜੀ 11 11 ਫਰੰਟ ਵੀ ਸੈਂਸਰ ਸਿਸਟਮ ਨਾਲ ਲੈਸ ਨੇ, ਫਰੰਟ ਦੇ ਵੀ ਸੈਂਸਰ ਨੇਗੇ ਇਹਦੇ ਸਾਰੇ। ਲਓ ਜੀ ਦੇਖੋ, ਫਰੰਟ ਦੇ ਉੱਪਰ ਸੈਂਸਰ ਨੇ, ਅਗਰ ਆਪਣਾ ਜੇ ਬਾਈਕ ਨੇ ਸਟਾਰਟ ਕਰਤੀ ਮੈਂ ਉਰੇ ਖੜ੍ਹਾਂ, ਇਹ ਅੰਦਰੋਂ ਸਾਇਰਨ ਦੇਣ ਲੱਗ ਜੂਗੀ, ਇਹ ਸਾਇਰਨ ਦਊਗੀ। ਇੱਕ ਉਰੇ ਵੀ ਵਾਈਪਰ ਲੱਗਿਆ ਹੈ, ਉਹ ਵਾਈਪਰ ਸੋਰੀ ਵਾਸ਼ਰ ਲੱਗਿਆ ਹੈ, ਵਾਸ਼ਰ ਲੱਗਿਆ ਹੋਇਆ ਹੈ। ਅਤੇ ਬਹੁਤ ਕੁਛ ਹੈ ਇਹਦੇ ਵਿੱਚ, ਤੁਹਾਨੂੰ ਇਹ ਪੂਰਾ ਬਰੀਫ 'ਚ ਤੁਹਾਨੂੰ ਦੱਸਾਂਗੇ, ਠੀਕ ਹੈ ਵੀਰੇ। ਆਪਾਂ ਆ ਜਾਈਏ, ਕਿਉਂਕਿ ਆਪਾਂ ਜੇ ਹੁਣ ਸਾਰਾ ਕੁਛ AC 'ਚ ਦੱਸਤਾ ਪਰ ਅਗਲੇ 'ਚ ਕੀ ਰਹਿ ਜੂਗਾ, ਅਗਲੇ 'ਚ ਕੀ ਰਹਿ ਜੂਗਾ। ਹਾਂਜੀ, ਅਤੇ ਹੁਣ ਇਹਦਾ ਕੀ ਰੇਟ ਹੈ ਵੀਰੇ? ਇਹ 13.5 ਲੱਖ ਰੁਪਏ ਦੀ, ਪੰਜਾਬ ਨੰਬਰ ਲਾ ਕੇ, ਹਰਿਆਣਾ ਨੰਬਰ ਆ, ਪੰਜਾਬ ਨੰਬਰ ਲਾ ਕੇ 13.5 ਲੱਖ ਰੁਪਏ ਦੀ ਹੈ। ਇਹਦੇ 'ਚ 1.5 ਤੋਂ 2 ਲੱਖ ਰੁਪਿਆ ਨੰਬਰ ਦੀ ਕੋਸਟ ਆ ਸਿਰਫ। ਨਵੀਂ ਦੀ ਕੋਸਟ ਕੀ ਹੈ ਜੀ? ਇਹ ਨਵੀਂ, ਹੁਣ ਇਹ ਵੇਰੀਐਂਟ ਬੰਦ ਹੋ ਗਿਆ, ਇਹਦੀ ਜਗ੍ਹਾ ਜਿਹੜਾ ਵੇਰੀਐਂਟ ਆਉਂਦਾ ਹੈਗਾ ਉਹਦੀ ਸਟਾਰਟਿੰਗ 98 ਲੱਖ ਤੋਂ ਸ਼ੁਰੂ ਆ। ਕਰੋੜ ਰੁਪਏ ਦੀ ਕਾਰ ਹੈਗੀ, 13.5 ਲੱਖ ਰੁਪਏ ਦੀ ਹੈ, ਠੀਕ ਹੈ ਜੀ। ਹੁਣ ਇਸ ਟਾਈਮ ਜੇ ਮਤਲਬ ਹੁੰਦੀ ਹੈ, ਇਸ ਟਾਈਮ ਇਹ ਲਗਭਗ ਕਰੋੜ ਦੀ ਤਾਂ ਹੁੰਦੀ ਹੈ, ਇਹ ਕਰੋੜ ਨਹੀਂ ਤਾਂ 70-75 ਤੋਂ ਘੱਟ ਤਾਂ ਕਿਤੇ ਗਈ ਨਹੀਂ ਸੀ। ਮਤਲਬ ਵੀ ਬਸ ਯਾਰ A to Z ਕੰਡੀਸ਼ਨ ਇਹਦਾ ਓਕੇ ਹੈ ਜੀ, ਕਿ 13.5 ਲੱਖ ਤੁਹਾਨੂੰ ਰੇਟ ਦੱਸਿਆ ਜੀ, ਨੈਗੋਸ਼ੀਏਟ ਕਰ ਦਿਓ ਜਿਹੜਾ ਆਪਣਾ ਮਿੱਤਰ ਆਊਗਾ, ਠੀਕ ਹੈ ਜੀ। ਅਤੇ ਨੰਬਰ ਲਾ ਕੇ ਤੁਹਾਨੂੰ ਪੰਜਾਬ ਦਾ ਨੰਬਰ ਲਾ, NOC ਹਾਜ਼ਰ ਹੈ ਜੀ, NOC ਹਾਜ਼ਰ, NOC ਸਾਰੀ ਗੱਡੀ ਦੀ ਹਾਜ਼ਰ ਆ, ਪਰ ਅਸੀਂ ਸਾਡੀ ਪ੍ਰੈਫਰੈਂਸ ਹੁੰਦੀ ਹੈ ਵੀ ਅਸੀਂ ਨੰਬਰ ਲਾ ਕੇ ਅਗਲੇ ਨੂੰ ਦਈਏ, ਅਗਲਾ RTO ਆਫਿਸ ਦੇ ਵਿੱਚ ਜਾ ਕੇ, ਕਿਉਂਕਿ ਅਗਲੇ ਨੂੰ ਜਿਹੜਾ ਕਸਟਮਰ ਹੈ ਉਹਨੂੰ ਨਹੀਂ ਪਤਾ ਹੁੰਦਾ ਵੀ ਕੀ ਹੈ ਕੀ ਨਹੀਂ, ਉਹ ਉਨਾ ਹੀ ਖੱਜਲ ਹੋ ਜਾਂਦਾ ਹੈਗਾ ਜਾ ਕੇ। ਅਸੀਂ ਡੀਲ ਹੀ ਨੰਬਰ ਲਾ ਕੇ ਕਰਦੇ ਹਾਂ। ਲਓ ਜੀ, ਸੁਭਾਅ ਦਾ ਦੇਖੋ,
ਵੀ ਵੀਰਾ ਕਹਿੰਦਾ ਵੀਰੇ ਯਾਰ ਅਸੀਂ ਨੰਬਰ ਲਾ ਕੇ ਦੇਵਾਂਗੇ ਤੁਹਾਨੂੰ ਨਹੀਂ ਅਸੀਂ ਕਿਸੇ ਪਾਸੇ ਧੱਕੇ ਖਾਣ ਦੇਣ ਠੀਕ ਆ ਜੀ ਅਸੀਂ ਖੁਦ ਹੀ ਖਾ ਲਾਂਗੇ ਸਿਰਫ ਜਿਹੜਾ ਕਸਟਮਰ ਸਾਡੇ ਕੋਲ ਕਾਰ ਲੈ ਕੇ ਜਾਂਦਾ ਗਾ ਉਹਨੇ ਸਿਰਫ ਆਰ ਸੀ ਆਪਣੇ ਨਾਮ ਟ੍ਰਾਂਸਫਰ ਕਰਾਉਣੀ ਹੁੰਦੀ ਹੈ ਹੋਰ ਉਹਦਾ ਕੋਈ ਉਹ ਨਹੀਂ ਹੁੰਦਾ ਲਓ ਜੀ ਬਹੁਤ ਬਹੁਤ ਧੰਨਵਾਦ ਵੀਰੇ ਠੀਕ ਹੈ ਜੀ ਆਪਣੀ ਇੱਕ ਚੀਜ਼ ਹੋਰ ਰਹੇਗੀ ਜਿਹੜੀ ਆਪਾਂ ਸਪੈਸ਼ਲ ਕਿਹਾ ਸਪੈਸ਼ਲ ਚੀਜ਼ ਰਹਿ ਗਈ ਆ ਜੋ ਸਪੈਸ਼ਲ ਤੁਹਾਨੂੰ ਘੈਂਟ ਹੈਗੀ ਜਿਹਦੀ ਡਿਮਾਂਡ ਆਉਂਦੀ ਹੁੰਦੀ ਹੈ ਮੈਨੂੰ ਫੋਨ ਆਉਂਦੇ ਨੇ ਠੀਕ ਹੈ ਜੀ ਉਹ ਸੈਗਮੈਂਟ ਹੀ ਲੈਦਾ ਹੈਗਾ ਆਪਾਂ ਉਹਦੀ ਗੱਲ ਕਰ ਦਾਂਗੇ ਉਹ ਸਾਹਮਣੇ ਖੜਾ ਦੇਖੋ ਉਹ ਕਰੀਮ ਕਲਰ ਦਾ ਲਓ ਜੀ ਵੀਰੇ ਇਹ ਐਂ ਨਹੀਂ ਹੈਗਾ ਵੀ ਇਹ ਨੀਵੇਂ ਮਾਡਲ ਦਾ ਨੀਵੇਂ ਮਾਡਲ ਦੀ ਨਹੀਂ ਹੈਗੀ ਉੱਚਾ ਬਹੁਤ ਮਾਡਲ ਹੈ ਠੀਕ ਹੈ ਜੀ ਇਹ ਟਾਟਾ ਏਸ ਹੈ ਵੀਰੇ ਟਾਟਾ ਏਸ ਗੋਲਡ ਜੀ ਠੀਕ ਹੈ ਜੀ ਟਾਟਾ ਏਸ ਗੋਲਡ ਹੈਗੀ ਅਤੇ ਪੰਜਾਬੀ ਭਾਸ਼ਾ ਦੇ ਵਿੱਚ ਆਪਾਂ ਕਹਿ ਦਿੰਦਾਂਗੇ ਛੋਟਾ ਹਾਥੀ ਹੈ ਨਾ ਜੀ ਛੋਟਾ ਹਾਥੀ ਹਾਂਜੀ ਕੀ ਹਿਸਾਬ ਕਿਤਾਬ ਹੈ ਇਹਦਾ ਇਹ ਹੈਗਾ ਜੀ ਮੈਨੂਫੈਕਚਰਡ ਦਾ ਹੈਗਾ 2020 ਦਸੰਬਰ ਰਜਿਸਟ੍ਰੇਸ਼ਨ ਇਹਦੀ ਹੈਗੀ 21 ਦੇ ਵਿੱਚ ਅਤੇ ਚੱਲਿਆ ਸਾਰਾ 5000 ਕਿਲੋਮੀਟਰ ਹੀ ਆ 5000 ਹੀ 5000 ਹੀ ਜਿਹੜੇ ਟਾਇਰ ਨੇ ਉਹ ਨਾਲ ਦੇ ਟਾਇਰ ਨੇ ਸੀਟ ਕਵਰ ਤੁਸੀਂ ਅੰਦਰੋਂ ਖੋਲ੍ਹ ਕੇ ਦੇਖੋ ਸੀਟ ਕਵਰ ਪੋਲੀਥੀਨ ਵੀ ਨਹੀਂ ਲਏ ਹੋਏ ਅਜੇ ਕਾਰਨ ਕੀ ਹੈ ਵੇਚਣ ਦਾ ਬੰਦੇ ਦਾ ਕਾਰਨ ਸੀਗਾ ਬੰਦੇ ਨੇ ਨਵਾਂ ਲਿਆ ਸੀਗਾ ਕੰਮ ਨਹੀਂ ਨਿਕਲਿਆ ਉਹਦੇ ਤੋਂ ਉਹਨੇ ਖੜਾਉਣਾ ਸਮਝਿਆ ਲਓ ਜੀ ਮਤਲਬ ਵੀ ਯਾਰ ਚੀਜ਼ ਵਧੀਆ ਜਿਹਨੇ ਇਹ ਲੈਣੀ ਹੈ ਠੀਕ ਹੈ ਨਵੇਂ ਕਣੀ ਜਾ ਰਿਹਾ ਬੰਦਾ ਨਵੇਂ ਨਾਲੋਂ ਇਹ ਚੀਜ਼ ਲੈ ਲਓ ਬੈਸਟ ਹੈਗੀ ਕਿਉਂਕਿ ਬੰਦਾ ਵਧੀਆ ਕੰਮ ਰੋੜ ਸਕਦਾ ਇੱਕ ਇਹਦੇ ਉੱਪਰ ਚਾਰ ਪੈਸੇ ਲਾ ਕੇ ਅਤੇ ਮਾਰਕੀਟ ਨਾਲੋਂ ਬੜੇ ਲੈਸ ਰੇਟ 'ਤੇ ਵੀ ਮਿਲ ਜੂਗਾ ਨਾ ਜੀ ਹਾਂਜੀ ਹਾਂਜੀ ਜੇ ਆਪਾਂ ਇਹ ਕਢਾਉਣ ਜਾਈਏ ਤਾਂ 5.5 ਲੱਖ ਰੁਪਏ ਮੈਨੂੰ ਲੱਗਦਾ ਇਹਦੀ ਬਿਲਿੰਗ ਆ ਬਾਕੀ ਬਾਡੀ ਦੇ ਉੱਪਰ ਪੈਸੇ ਲੱਗ ਜਾਂਦੇ ਨੇਗੇ ਇਹ ਮਿਲ ਹੀ ਜਾਊਗਾ 4.5 ਲੱਖ ਰੁਪਏ ਦਾ ਮਿਲ ਜੂਗਾ ਇਹ ਚਾਰ ਲੱਖ 75 ਹਜ਼ਾਰ ਦਾ ਇਹ ਹੈਗਾ ਪੰਜਾਬ ਨੰਬਰ ਹੀ ਹੈ ਨਾ ਜੀ ਪੰਜਾਬ ਨੰਬਰ ਜੀ ਪੰਜਾਬ ਨੰਬਰ ਕਮਰਸ਼ੀਅਲ ਨੰਬਰ ਹੈ ਵੀਰੇ ਕਮਰਸ਼ੀਅਲ ਕਮਰਸ਼ੀਅਲ ਨੰਬਰ ਪੰਜਾਬ ਨੰਬਰ ਹੈਗਾ ਇਹ ਠੀਕ ਹੈ ਜੀ 2021 ਮਾਡਲ ਹੈਗਾ ਬਾਕੀ ਬੋਡੀ ਦੇਖ ਲਓ ਠੀਕ ਹੈ ਜੀ ਕੋਈ ਜਰੀ ਜੁਰੀ ਨਵੀਂ ਬੋਡੀ ਆ ਨਾਲ ਦੇ ਟਾਇਰ ਨੇ ਸਾਰਾ ਕੁਛ ਠੀਕ ਹੈ ਵੀਰੇ ਬੜਾ ਘੈਂਟ ਹੈਗਾ ਅਤੇ ਹੁਣ ਉਸ ਤੋਂ ਬਾਅਦ ਇੱਕ ਰਹਿ ਗਈ ਹੋਂਡਾ ਮੇਜ਼ ਆਪਣੀ ਹੋਂਡਾ ਮੇਜ਼ ਹਾਂਜੀ ਹੋਂਡਾ ਮੇਜ਼ ਆਪਾਂ ਤੁਹਾਨੂੰ ਦਿਖਾਉਂਦੇ ਹਾਂਗੇ ਠੀਕ ਹੈ ਵੀਰੇ ਆ ਜਾਓ ਇਹ ਵੀ ਕਾਰ ਜਿਹੜੇ ਆਪਣੇ ਮਿੱਤਰ ਕਹਿੰਦੇ ਨਾ ਵੀ ਯਾਰ ਸਾਨੇ ਚਲਾਉਣੀ ਵੀ ਥੋੜ੍ਹੇ ਰੇਟ ਦੇ ਵਿੱਚ ਹੈਗੀ ਵੀ ਅਸੀਂ ਵਾਹਵਾ ਖਰਚਾ ਨਹੀਂ ਕਰਨਾ ਚਾਹੁੰਦੇ ਕਾਰ 'ਤੇ ਇਹ CNG ਕਾਰ ਹੈ ਜੀ CNG ਕਾਰ ਹੈ ਜੀ ਇਹ ਮਾਈਲੇਜ ਕਿੰਨੀ ਕੁ ਰਹਿੰਦੀ ਹੈ ਵੀਰੇ CNG ਮਾਈਲੇਜ ਇਹਦੀ ਵੀ 25 ਦੇ ਨੇੜੇ ਤੇੜੇ ਹੈਗੀ ਹੈ ਜੀ 22-23-25 ਤੱਕ ਦੇਊਗੀ ਮਾਈਲੇਜ ਬਾਕੀ CNG ਕੋਸਟ ਐਫੀਸ਼ੀਐਂਟ ਆ ਗਈ ਆਪਣੇ ਦੇ ਵਿੱਚ ਐਫੀਸ਼ੀਐਂਟ ਆ ਗਈ ਮਾਡਲ ਕੀ ਹੈ ਵੀਰੇ ਕਾਰ ਦਾ ਮਾਡਲ ਹੈ 2017 ਜੀ ਸਾਈਡਾਂ ਪੇਂਟ ਕਾਰ ਹੈ ਠੀਕ ਹੈ ਜੀ ਹਾਂਜੀ ਦੇਖੋ ਜੀ ਸਾਈਡਾਂ ਪੇਂਟ ਆ ਠੀਕ ਹੈ ਜੀ ਕੋਈ ਐਕਸੀਡੈਂਟ ਤਾਂ ਨਹੀਂ ਕੋਈ ਨਹੀਂ ਮੇਜਰ ਐਕਸੀਡੈਂਟ ਤਾਂ ਕੋਈ ਵੀ ਨਹੀਂ ਹੈਗੀ ਮੇਜਰ ਐਕਸੀਡੈਂਟ ਤਾਂ ਆਪਣੇ ਕੋਲ ਕਾਰ ਹੀ ਨਹੀਂ ਹੁੰਦੀ ਠੀਕ ਹੈ ਸਾਈਡਾਂ ਪੇਂਟ ਨਹੀਂ ਹੈ ਜੀ ਲਓ ਜੀ ਸਾਈਡਾਂ ਪੇਂਟ ਤਾਂ ਕਿ ਕਿਉਂਕਿ ਚੱਲਦੀ ਹੈ ਕਿ ਸਕਰੈਚ ਤਾਂ ਪੈਂਦੀ ਰਹਿੰਦੇ ਨੇ ਕਾਰਾਂ ਦੇ ਅਤੇ ਇੱਕ ਸਕਰੈਚ ਕਵਰ ਕਰਨ ਵਾਸਤੇ ਹੁੰਦਾ ਟਾਇਰ ਦੀ ਨਹੀਂ ਗੱਲ ਕਰਾਂ ਟਾਇਰ ਜਮੀ ਨਵੇਂ ਦੇਖੋ ਵੀਰੇ ਗੁਰਪ੍ਰੀਤ ਨੂੰ ਕਹੂੰਗਾ ਟਾਇਰ ਦਿਖਾ ਦੂ ਹੈ ਵਿੱਚ ਦੀ ਗਾ ਵੀ ਜਮੀ ਨਵੇਂ ਜਿਹਨੇ ਪੈਟਰੋਲ 'ਤੇ ਚਲਾਉਣੀ ਪੈਟਰੋਲ 'ਤੇ ਚਲਾ ਲਓ CNG ਚਲਾਉਣੀ CNG ਚਲਾਉਣੀ ਹੈ CNG ਚਲਾ ਲਓ ਵੈਸੇ ਪ੍ਰੈਫਰੈਂਸ ਆ ਵੀ CNG 'ਤੇ ਚਲਾਓ ਵਧੀਆ ਗੀ ਅਤੇ ਬਾਕੀ A to Z ਕਾਰ ਵਧੀਆ ਗੀ ਆਪਾਂ ਦੇਖ ਰਹੇ ਠੀਕ ਹੈ ਜੀ ਅੰਦਰੋਂ ਗੁਰਪ੍ਰੀਤ ਨੂੰ ਕਹੂੰਗਾ ਅੰਦਰੋਂ ਦਿਖਾ ਦੂਗਾ ਅੰਦਰੋਂ ਕਾਰ ਵੀ ਲੈਦਰ ਸੀਟ ਆਪਾਂ ਨੂੰ ਦਿਖ ਰਹੇ ਨੇ ਟੱਚ ਸਕਰੀਨ ਲੱਗਿਆ ਹੈਗਾ ਅਤੇ ਚਾਰੇ ਪਾਵਰ ਵਿੰਡੋ ਵੀਰੇ ਹਾਂਜੀ ਹਾਂਜੀ ਚਾਰੇ ਪਾਵਰ ਵਿੰਡੋ ਹੈ ਚਾਰੇ ਪਾਵਰ ਵਿੰਡੋ ਪਾਵਰ ਸ਼ੇਅਰਿੰਗ ਹੈ ਜੀ ਹਾਂਜੀ ਹਾਂਜੀ ਪਾਵਰ ਸ਼ੇਅਰਿੰਗ ਬੜੀ ਵਧੀਆ ਜੀ ਅਤੇ ਹੁਣ ਆਪਾਂ ਇਹਦੇ ਰੇਟ ਦੀ ਗੱਲ ਕਰਾਂਗੇ ਠੀਕ ਹੈ ਜੀ ਗੁਰਪ੍ਰੀਤ ਵੀਰੇ ਨੂੰ ਕਹੂੰਗਾ ਆਜੂਗਾ ਫਰੰਟ 'ਤੇ ਅਤੇ ਅੰਦਰੋਂ ਤੁਸੀਂ ਦੇਖ ਹੀ ਲਈ ਹੈਗੀ ਅੰਦਰੋਂ ਪੂਰੀ ਘੈਂਟ ਆ ਗਈ ਮੈਟਿੰਗ ਆਪਾਂ ਦੇਖ ਰਹੇ ਹਾਂ ਮੈਟਿੰਗ ਹੋਈ ਹੋਈ ਹੈਗੀ ਕਾਰ ਦੀ ਚਲਾਵਾ ਵਗੈਰਾ ਬਿਲਕੁਲ ਓਕਿਆ ਕਰਦਾ ਹੈ ਵੀਰੇ ਹਾਂਜੀ ਚਲਾਵਾ ਨਵਾਂ ਜੀ ਰੇਟ ਕੀ ਹੈ ਰੇਟ ਇਹ ਮਿਲ ਜੂਗੀ ਜੀ 4,15,000 ਰੁਪਏ ਦੀ ਨੰਬਰ ਲਾ ਕੇ 4,15,000 ਦੀ ਵਿਦ ਪੰਜਾਬ ਨੰਬਰ 17 ਮਾਡਲ ਨਵੀਂ ਦੀ ਕੋਸਟ ਮੈਨੂੰ ਲੱਗਦਾ 8-8 ਦੇ ਗੇਟ 'ਚ ਜਾਂਦੀ 8-8 ਦੇ ਨੇੜੇ ਜਾਂਦੀ ਹੈ ਜੀ ਯਾਰ 50% 'ਤੇ ਕਾਰ ਮਿਲਦੀ ਹੈਗੀ ਇਹ ਉਹ ਮੈਨੂੰ ਲੱਗਦਾ ਤੁਹਾਨੂੰ 90% 'ਤੇ 80-90% ਲੈਸ ਕਾਰਾਂ 'ਤੇ ਯਾਰ ਤੁਸੀਂ ਯਾਰ ਆ ਜਾਓ ਯਾਰ ਲੈ ਜਾਓ ਠੀਕ ਹੈ ਜੀ ਐਡਰੈਸ ਦੱਸ ਦਿਓ ਸਿਟੀ ਦੱਸ ਦਿਓ ਠੀਕ ਹੈ ਵੀਰੇ ਐਡਰੈਸ ਉਹੀ ਮਲੇਰਕੋਟਲੇ ਵਾਲੀ ਸਾਈਡ ਪੁੱਲ ਉੱਤਰ ਕੇ ਰਾਈਟ ਹੈਂਡ ਸਾਈਡ ਪਹਿਲਾਂ ਪੈਟਰੋਲ ਪੰਪ ਆ ਹਾਂਜੀ ਧੂਰੀ ਸ਼ਹਿਰ ਜ਼ਿਲ੍ਹਾ ਸੰਗਰੂਰ ਹਾਂਜੀ ਡਿਸਟ੍ਰਿਕਟ ਸੰਗਰੂਰ ਨੰਬਰ ਆਪਣੇ ਠੀਕ ਹੈ ਵੀਰੇ ਚੱਲ ਰਹੇ ਹੋਣਗੇ ਨੀਚੇ ਪੱਟੀ ਚੱਲ ਰਹੀ ਹੋ ਲਾਲ ਰੰਗ ਦੀ ਉਹਦੇ 'ਤੇ ਕੰਟੈਕਟ ਕਰ ਲਿਓ ਠੀਕ ਹੈ ਵੀਰੇ ਬੜਾ ਘੈਂਟ ਸੁਭਾਅ ਵੀਰਾਂ ਦਾ ਇੱਕ ਵਾਰ ਤੁਸੀਂ ਆਓਗੇ ਫਿਦਾ ਹੋ ਜਾਓਗੇ ਠੀਕ ਹੈ ਵੀਰੇ ਅਤੇ ਮਿਲਾਂਗੇ ਆਪਾਂ ਅਗਲੀ ਵੀਡੀਓ 'ਚ ਮਰਸੜੀ ਦੀ ਗੱਲ ਕਰੀ ਸੀ ਨਾ ਮਰਸੜੀ ਦਾ ਸਪੈਸ਼ਲ ਬਲੌਗ ਆਪਾਂ ਦੇਵਾਂਗੇ ਸਾਰਾ ਕੁਛ A to Z ਤੁਹਾਨੂੰ ਦੱਸਾਂਗੇ ਕੀ ਕੁਛ ਆ ਕਾਰ ਦੇ ਵਿੱਚ ਠੀਕ ਹੈ ਜੀ ਮਿਲਾਂਗੇ ਅਗਲੀ ਵੀਡੀਓ 'ਚ ਓਕੇ ਵੀਰੇ ਓਕੇ ਵੀਰੇ